ਅਸੀਂ ਇਹ ਵੇਖੋ ਨਾ ਕਿ ਇੱਕ ਬੰਦਾ ਕਹਿੰਦਾ ਜੇ ਮੈਂ ਪ੍ਰੋਟੋਕੋਲ ਨਹੀਂ ਲਾਂਗਾ ਤੇ ਸਭ ਤੋਂ ਜ਼ਿਆਦਾ ਉਹ ਇਸ ਪਾਕਿਸਤਾਨ ਨੂੰ ਦੁਨੀਆ ਨੂੰ ਖਰਾਬ ਕਰਦਾ ਪਿਆ ਹੈ ਹੁਣ ਕਿਆ ਇੱਕ ਸਕੂਲ ਦਾ ਟੀਚਰ ਹੈ ਉਹ ਆਪਣੇ ਪੱਲਿਓਂ ਮੋਟਰਸਾਈਕਲ ਤੇ ਜਾਂਦਾ ਹੈ ਜਾਂ ਸਾਈਕਲ ਤੇ ਜਾਂਦਾ ਹੈ ਜਾਂ ਕਿਰਾਏ ਤੇ ਵੈਗਨ ਤੇ ਜਾਂਦਾ ਹੈ ਕਿਰਾਏ ਪਰ ਦਿੰਦਾ ਹੈ ਉਹ ਆਪਦੇ ਬੱਚਿਆਂ ਨੂੰ ਕਿਰਾਇਆ ਰੋਟੀ ਪਾਣ ਜੋ ਵੀ ਹੈ ਬਾਹਰ ਲੈ ਕੇ ਦਿੰਦਾ ਕਿਆ ਜੇ ਇਹਨਾਂ ਨੂੰ ਲਾਲ ਲੱਗੇ ਨੇ ਵੀ ਇਹਨਾਂ ਦੇ ਅੱਗੇ ਪਿੱਛੇ ਗੱਡੀਆਂ ਹੋਣ ਤੇ ਇਹਨਾਂ ਨੂੰ ਹਰਸ਼ਾ ਮੁਕਤੀ ਵੀ ਹੋਵੇ ਇਨਸ਼ਾਅੱਲਾ ਤਾਲਾ ਲਬੈਕ ਆ ਲਿਆ ਗਿਆ ਇਹ ਸਾਰਾ ਕੁਝ ਇੰਜ ਚੱਲੇਗਾ ਜਿਵੇਂ ਇਹ ਗਰੀਬਾਂ ਵੀ ਚੱਲਦਾ ਇਨਸ਼ਾਅੱਲਾ ਤਾਲਾ ਤੁਸੀਂ ਖੁਦ ਸੋਚਣਾ ਹੈ ਕਿ ਅਸੀਂ ਇੱਕ ਦਫਾ 70 ਸਾਲ 75 ਸਾਲ ਹੋ ਗਏ ਨੇ ਯਾਰ ਇੱਕ ਦਫਾ ਤਾਂ ਵੇਖ ਕੇ ਚਲੋ ਮੁਸਤਫਾ ਦੀਨ ਨਾਲ ਜਿਸਲੇ ਮੁਸਤਫਾ ਦੀਨ ਆ ਜਾਏਗਾ ਤੇ ਇਨਸ਼ਾਅੱਲਾ ਤਾਲਾ ਕੋਈ ਪਿੱਛੇ ਨਹੀਂ ਰਹੇਗਾ ਕੋਈ ਗਰੀਬ ਆ ਜਾਏਗਾ ਜ਼ਿਆਦਾ ਨਹੀਂ ਹੋਏਗੀ ਜਿਵੇਂ ਹੁਣ ਥਾੜੇ ਝੂਠੇ ਪਰਚੇ ਹੁੰਦੇ ਨੇ ਹਰ ਬੰਦਾ ਆਪ ਜਿਹੜਾ ਤਗੜਾ ਹੈ ਉਹ ਮਾਰਨਾ ਜ਼ਿਆਦਾ ਕਰਦਾ ਹੈ ਫਿਰ ਨਹੀਂ ਹੋਏਗੀ ਇਨਸ਼ਾਅੱਲਾ ਤਾਲਾ ਤੁਸੀਂ ਸਾਰੇ ਭਰਾ ਵੇਖ ਕੇ ਅਗਾਂ ਤੋਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਵੋਟ ਦਿਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਜਿਹੜਾ ਵੀ ਆਉਂਦਾ ਹੈ ਤਾਂ ਜਿਹੜਾ ਤੁਹਾਡੇ ਇਮਾਨ ਨੂੰ ਚੰਗਾ ਲੱਗਦਾ ਉਹਨੂੰ ਵੋਟ ਦਿਓ ਰਾਜਦਾਰੇ ਖੱਤੇ ਮੂਰਤ ਨੂੰ ਵੋਟ ਦਿਓ ਇਨਸ਼ਾਅੱਲਾ ਤਾਲਾ ਟੀਮ ਪਾਕਿਸਤਾਨ ਤੇ ਆਏਗਾ ਤੇ ਜ਼ਰੂਰ ਆਏਗਾ ਇੱਕ ਨਾ ਇੱਕ ਦਿਨ ਆਉਣਾ ਜ਼ਰੂਰ ਹੈ ਅਸੀਂ ਨਹੀਂ ਤਸਾ ਸਾ ਸਾਡੀ ਆਉਣਾ ਨਸਾ ਲੇਕਿਨ ਆਏਗਾ ਪਰ ਕੋਸ਼ਿਸ਼ ਕਰੀਏ ਸਾਡੀ ਨਸਾ ਚ ਆ ਜਾਵੇ ਪਾਕਿਸਤਾਨ ਜਿੰਦਾਬਾਦ।